ਹੈਲੋ ਜੀ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਮੇਰੇ ਵੱਲੋਂ ਯਾਨੀ ਕਿ ਇੰਸਪੈਕਟਰ ਬਲਬੀਰੋ ਵੱਲੋਂ ਜੀ ਜਨਾਬ, ਜੀ ਜਨਾਬ, ਜੀ ਜਨਾਬ। ਤੇ ਮੇਰੇ ਨਾਲ ਹੈ ਲਵ ਯੂ, ਤੇ ਮੇਰੇ ਵੱਲੋਂ ਲਵ ਯੂ ਟੂ ਮੈਮ। ਸੋ ਸਵੀਟ ਆਫ ਯੂ, ਲਵ ਯੂ। ਕੀ ਹਾਲ ਚਾਲ? ਮੈਮ ਹਾਲ ਚਾਲ ਤੇ ਵਧੀਆ, ਤੁਸੀਂ ਦੱਸੋ ਤੁਹਾਡੀ ਕਿੱਦਾਂ ਚਾਲ ਅੱਜ ਕੱਲ੍ਹ? ਮੇਰੀ ਚਾਲ ਬਸ ਵਧੀਆ ਹੈ, ਘੈਂਟ ਹੈ। ਹਾਂ ਮੈਮ, ਮੇਰੇ ਸੁਣਨ 'ਚ ਆਇਆ ਤੁਸੀਂ ਤਾਂ ਮਤਲਬ ਜਿੰਨੇ ਮੁਜ਼ਾਕਪੁਰ ਦੇ ਪੁਲਿਸ ਵਾਲੇ ਕਿ ਤੁਸੀਂ ਆਪਣੀ ਚਾਲ ਨਾਲ ਸਾਰੇ ਪਾਗਲ ਕਰ ਦਿੱਤੇ, ਇੱਦਾਂ ਦਾ ਵੀ ਕੁਛ ਹੈਗਾ ਵਾ? ਬਿਲਕੁਲ। ਹੁਣ ਇਸ ਥਾਣੇ ਨੂੰ ਥਾਣਾਘੜ ਤੇ ਪਾਗਲਖਾਨਾ ਜ਼ਿਆਦਾ ਕਿਹਾ ਜਾਂਦਾ ਹੈ। ਨਹੀਂ ਮੈਮ, ਵੈਸੇ ਬਾਅਦ ਵਿੱਚ ਇਹ ਵੀ ਕਲੀਅਰ ਹੋ ਗਿਆ ਕਿ ਪਹਿਲਾਂ ਵੀ ਪਾਗਲ ਸੀਗੇ, ਤੁਹਾਨੂੰ ਦੇਖ ਕੇ ਖੁਸ਼ ਹੋ ਜਾਂਦੇ ਸੀਗੇ, ਤੁਹਾਨੂੰ ਦੇਖ ਕੇ ਪਾਗਲ ਖੁਸ਼ ਨਹੀਂ ਮੈਮ, ਗਿੱਦਾਂ ਦੀ ਗੱਲ ਆ ਨਾ। ਮੈਂ ਤੇਰੇ ਨਾ ਮੁੱਕਾ ਮਾਰਨਾ ਸਾਰਿਆਂ ਦੇ ਸਾਹਮਣੇ, ਤੁਹਾਨੂੰ ਦੱਸਾਂ ਮੈਂ। ਤੇ ਫਿਰ ਮੈਮ ਇਹਦੇ ਨਾਲ ਤਾਂ ਤੁਹਾਡੀ ਬੇਇੱਜ਼ਤੀ ਹੋਣੀ ਹੈ ਨਾ। ਤਾਂ ਹੀ ਉਹ ਕਹਿ ਰਹੀ ਹੈ ਇਗਨੋਰ ਕਰ ਮੈਨੂੰ। ਅੱਛਾ, ਵੈਲਕਮ ਨਹੀਂ ਕੀਤਾ ਤੂੰ ਸਾਰਿਆਂ ਨੂੰ? ਹਾਂਜੀ ਮੈਮ, ਵੈਲਕਮ ਜੀ, ਆਇਆਂ ਨੂੰ ਜੀ, ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਫੇਵਰਿਟ ਸ਼ੋਅ ਦੇ, ਜਿਹਦਾ ਨਾਮ ਹੈ ਜੀ ਜਨਾਬ, ਜੀ ਜਨਾਬ ਤੇ ਜੀ ਜਨਾਬ। ਕੀ ਬਾਤ ਹੈ, ਤੁਹਾਨੂੰ ਕੀ ਬਾਤ ਹੈ ਮੈਮ? ਕੀ ਤੁਹਾਨੂੰ ਕੀ ਬਾਤ ਹੈ? ਮੈਂ ਕਿਹਾ ਮੈਨੂੰ ਕੀ ਬਾਤ ਹੈ? ਹਾਏ ਮੈਮ, ਤੁਹਾਨੂੰ ਪਤਾ ਜਿੱਦਾਂ ਬਾਤ ਨਹੀਂ ਹੁੰਦੀ ਇੱਕ, ਜਿੱਦਾਂ ਕਹਿੰਦੇ ਬਾਤ ਪਾਵਾਂ ਬਤੋਲੀ ਪਾਵਾਂ। ਨਹੀਂ ਮੈਮ, ਬਤੋਲੀ ਨਹੀਂ, ਮਤਲਬ ਕਿ ਤੁਹਾਨੂੰ ਮੈਂ ਕਹਿਣਾ ਚਾਹੁੰਦੀ ਸੀਗੀ ਕਿ ਕੋਲੀ 'ਚ ਚਿੱਬ ਪਏ ਵਰਗਾ ਮੂੰਹ ਹੈ ਤੇਰਾ, ਤੈਨੂੰ ਪਤਾ? ਮੈਮ ਸਿੱਧੀ ਕਰਕੇ ਰੱਖੋ ਨਾ, ਤੁਹਾਡੀ ਪ੍ਰੋਬਲਮ ਹੈ, ਤੁਸੀਂ ਚਿੱਬੀ ਕੀਤੀ ਹੋਈ। ਕੋਲੀ ਚਿੱਬ ਪੁੱਠੀ ਨਹੀਂ, ਕੋਲੀ 'ਚ ਚਿੱਬ ਨਹੀਂ ਪਿਆ ਹੁੰਦਾ, ਥੋੜ੍ਹੀ ਜਿਹੀ ਐਂ ਟੇਢੀ ਹੋ ਜਾਂਦੀ ਉੱਦਾਂ ਦਾ। ਦੇਖ ਦੇਖ ਵੈਰੀਆਂ ਦੇ ਮੱਚਦੇ ਕਲੇਜੇ, ਜਿੱਥੋਂ ਲੰਘੀ ਦਾ ਸਲਾਮਾਂ ਹੁੰਦੀਆਂ ਨੇ। ਮਾਮਾ ਲਾਡੋ ਜੀ, ਸਤਿ ਸ਼੍ਰੀ ਅਕਾਲ। ਸਲਾਮਾਂ ਨਹੀਂ ਹੁੰਦੀਆਂ, ਲਾਂ ਤਾਂ ਪਾਉਂਦੇ, ਚੱਲ ਤੇਰੀ, ਏਦਾਂ ਕਹਿੰਦੇ ਉਹ। ਅੱਗੇ ਵਾਲੀਆਂ ਨੇ ਗਾਹ ਕੱਢੀ ਮੈਨੂੰ ਹੀ। ਅੱਗੇ ਉਹ ਕਹਿੰਦੇ ਚੱਲ ਤੇਰੀ ਸ਼ਕਲ ਦੇਖੀ ਆਪਣੀ, ਏਦਾਂ ਕਿਹਾ ਉਹਨੇ। ਅੱਛਾ ਜੀ, ਮਤਲਬ ਏਦਾਂ ਕਹਿੰਦੇ ਹੁੰਦੇ ਨਾ ਦੁਰਫਿੱਟੇ ਮੂੰਹ, ਵੀ ਫਿਰ ਨਾਲ ਹੀ ਹੁੰਦਾ, ਏਦਾਂ ਹੀ ਹੁੰਦਾ ਨਾ, ਤੈਨੂੰ ਲੱਗਦਾ ਨਾ ਸਲਾਮ ਕਰ ਦੇਵੇ, ਕਿਉਂਕਿ ਤੂੰ ਤਾਂ ਦੂਰ ਹੁੰਦਾ ਨਾ। ਮੈਂ ਵੀ ਕਹਿੰਦਾ ਚੱਲ ਤੇਰੀ। ਤੇਰੀ ਹਿੰਮਤ ਕਿੱਦਾਂ ਹੋਈ ਹੈ ਇੰਨੀ ਗੱਲ ਕਹਿੰਦੀ? ਥਾਣੇ 'ਚ ਖੜਾ ਹੋ ਕੇ ਮਾਰਾ ਤੇਰੇ ਮੈਂ ਡੰਡਾ ਇੱਕ ਖਿੱਚ ਕੇ। ਤੁਸੀਂ ਵੀ ਤਾਂ ਕਦੀ ਕਦੀ ਕਰ ਲੈਂਦੇ ਹੋ ਜੀ, ਉਹਨਾਂ ਦੀ ਬੇਇੱਜ਼ਤੀ। ਓਏ, ਉਹ ਮੇਰੀ ਭੈਣਾ ਵਰਗੀ ਹੈ। ਅੱਛਾ ਜੀ, ਨਹੀਂ 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 ਨਹੀਂ, ਸਹੀ ਆਈ? ਨਹੀਂ ਨਹੀਂ, ਮੈਂ ਆਪਣੇ ਵਰਡਸ ਵਾਪਸ ਲੈਣੀ, ਭੈਣਾ ਵਰਗੀ ਨਹੀਂ। ਭੈਣ ਭਰਾ ਇੱਕ ਸਮਾਨ ਮੈਮ। ਮੁਲਾਜ਼ਮ ਆ ਜੀ ਓਏ, ਹਾਂ ਮੇਰੀ ਮੁਲਾਜ਼ਮ ਆ। ਬਿਲਕੁਲ ਮੁਲਾਜ਼ਮ ਆ, ਤੇ ਤੂੰ ਕੈਦੀ? ਹਾਂ। ਕੈਦੀ ਨੰਬਰ ਪਤਾ ਨਹੀਂ, ਹਜੇ ਨੰਬਰ ਫਿੱਟ ਨਹੀਂ ਹੋਇਆ ਇੱਕ। ਦੇਖ ਲੈ ਮੈਂ ਮਾਜਾ ਨਹੀਂ ਆ ਅੱਧਾ। ਹਾਏ ਮੈਮ, ਤੁਹਾਨੂੰ ਚੰਗਾ ਲੱਗਦਾ ਤਾਂ ਚੱਲਦੇ ਸ਼ੋਅ ਦੇ ਵਿੱਚ ਤੁਸੀਂ ਡਾਇਰੈਕਟ ਮਤਲਬ ਕੈਦੀ ਦਾ ਨੰਬਰ ਮੰਗਦੇ ਪਏ, ਚੰਗੀ ਗੱਲ ਥੋੜੀ ਆ? ਕੈਦੀ ਨੰਬਰ ਕੀ, ਕਿੰਨਵੇਂ ਨੰਬਰ ਦੇ ਉੱਤੇ ਇਹ ਬੰਦਾ ਆਉਂਦਾ? ਇਹ ਅੱਧੇ ਨੰਬਰ ਤੇ ਆਉਂਦਾ। ਅੱਧਾ ਨੰਬਰ ਹੁੰਦਾ ਇਹ ਨਹੀਂ ਜੀ, ਤੈਨੂੰ ਦੇਖ ਕੇ ਸਾਰੇ ਨੰਬਰ ਬਣ ਜਾਂਦੇ। ਨੰਬਰ 1 ਤੋਂ ਸ਼ੁਰੂ ਹੁੰਦੇ ਆ ਨਾ, ਅੱਧੇ ਤੋਂ ਸ਼ੁਰੂ ਹੁੰਦੇ, ਤੈਨੂੂੰ ਦੇਖ ਕੇ ਯਕੀਨ ਹੋਇਆ? ਹਾਂ, ਸਤਿ ਸ਼੍ਰੀ ਅਕਾਲ ਹੈ ਕੀ? ਨਹੀਂ ਨਹੀਂ, ਅੱਗੇ ਜਾਓ। ਹਾਂ, ਲਵ ਯੂ। ਹਾਈ, ਲਵ ਯੂ ਟੂ। ਲਵ ਯੂ, ਲਵ ਯੂ ਟੂ। ਜਿੱਜੇ? ਹਾਈ, ਮੈਂ ਜਿੱਜੇ। ਜਿੱਜੇ ਮਤਲਬ? ਮੈਮ ਤੁਹਾਨੂੰ ਪਤਾ ਨਹੀਂ ਲੱਗਿਆ ਕੌਣ ਹੈਗੇ? ਨਹੀਂ ਜੀ, ਦੱਸੋ ਜੀਜਾ ਜੀ। ਜੀ ਹਾਂ, ਜੀਜਾ ਜੀ ਜੀ, ਮਤਲਬ ਭਰਤ ਕੀਤਾ। ਜੀਜੇ ਏਦਾਂ ਜੇ ਕਹਿ ਤਾ ਹੁੰਦਾ ਨਾ, ਮਰ ਜਾਣਾ ਮੈਂ ਲੰਮਾ ਪਾਲਣਾ ਤੈਨੂੰ। ਅੱਛਾ, ਤੁਸੀਂ ਕਿੱਧਰ ਆਏ ਹੋ? ਇੱਧਰ। ਨਹੀਂ ਨਹੀਂ, ਮਤਲਬ ਕਿੱਦਾਂ ਆਏ ਹੋ? ਤੁਰਕੇ। ਨਹੀਂ ਨਹੀਂ, ਮਤਲਬ ਕੀ ਕਰਨ ਆਏ ਹੋ? ਲਵ ਯੂ ਨੂੰ ਮਿਲਣ। ਹਾਏ ਜੀਜੀ, ਮਤਲਬ ਹੈ ਨਾ ਹਮੇਸ਼ਾ ਜੀਜੇ ਮੈਨੂੰ ਮਿਲਣ ਆਉਂਦੇ ਰਹੇ। ਇੱਕ ਵਾਰੀ ਹੈ ਨਾ ਮੈਨੂੰ ਮਿਲਣ ਆਇਆ ਲੋਕ, ਮਤਲਬ ਮੇਰੇ ਸਿਸਟਰ ਤੋਂ ਲੋਕ ਆਏ, ਮੈਂ ਜੀਜੇ ਨੂੰ ਕਿਹਾ, ਮੈਂ ਕਿਹਾ ਜੀਜਾ ਮੈਂ ਜਿਹੜੀ ਹੱਥ ਵਿੱਚ ਤੁਸੀਂ ਰਿੰਗ ਪਾਈ ਹੈ ਨਾ, ਇਹ ਮੈਨੂੰ ਦੇ ਦਿਓ। ਅਤੇ ਜੀਜੇ ਕਹਿੰਦੇ ਕਿ ਮਤਲਬ ਕਾਹਦੇ ਵਾਸਤੇ? ਮੈਂ ਕਿਹਾ ਮੈਂ ਰਿੰਗ ਦੇਖ ਦੇਖ ਕੇ ਤੁਹਾਨੂੰ ਯਾਦ ਕਰਿਆ ਕਰੂੰਗੀ। ਅੱਗੋਂ ਮੈਨੂੰ ਕਹਿੰਦੇ ਜੇ ਨਾ ਦਿੱਤੀ ਫਿਰ ਵੀ ਤੁਹਾਨੂੰ ਯਾਦ ਕਰਿਆ ਕਰੂੰਗੀ ਕਿ ਹਾਂ ਵੀ ਰਿੰਗ ਮੰਗੀ ਸੀ, ਦਿੱਤੀ ਨਹੀਂ। ਇੱਦਾਂ ਹੈ ਗਏ। ਵਾਹ, ਲਵ ਯੂ ਦੇ ਜੀਜੇ, ਵਾਹ। ਜਿੱਦਾਂ ਬਾਂਦਰ ਨੀ ਹੁੰਦੇ ਜਿਹੜੇ ਕੋ ਖੇਡਣ ਜਾਂਦੇ ਹੁੰਦੇ, ਉਹ ਟ੍ਰੇਨਿੰਗ ਲੈ ਕੇ ਅੱਗੇ ਨਿਕਲ ਚੁੱਕਿਆ, ਹੁਣ ਇਨਸਾਨੀ ਰੂਪ ਧਾਰਨ ਕਰ ਚੁੱਕਿਆ। ਗੱਲ ਕਰਦੇ ਹੋ? ਹਾਂਜੀ। ਤੁਹਾਨੂੰ ਪਤਾ ਤਾਂ ਵਿਆਹ ਹੋਇਆ? ਤੈਨੂੰ ਵੀ ਨੀ ਪਤਾ? ਹੈਗਾ ਨਹੀਂ ਪਤਾ? ਪਤਾ ਜੀਜੇ ਮੈਨੂੰ ਵੀ ਨੀ ਹੈਗਾ।
ਖਰਾਬ ਥੋੜੀ ਜਿਹਾ ਬੰਦਾ ਕੰਮ ਕਰਦੇ ਕਰਦਾ ਪੈਸੇ ਵਾਸਤੇ ਬਿਲਕੁਲ ਦੂਜੇ ਦਿਨ ਆਪਣੇ ਘਰ ਵਾਲੇ ਨੂੰ ਕਹਿੰਦੀ ਹਾਏ ਜੇ ਮੈਂ ਵਿਧਵਾ ਹੋ ਗਈ ਤੁਸੀਂ ਕੀ ਕਰੋਗੇ ਮੈਡਮ ਬੋਝ ਕਹਿਣ ਆ ਗਈ ਨਹੀਂ ਮੈਨੂੰ ਪਤਾ ਲੱਗਿਆ ਤੇ ਮੈਂ ਸੋਚਿਆ ਕਿ ਲਵ ਯੂ ਐਕਚੁਅਲੀ ਮੈਡਮ ਜੀ ਮੈਨੂੰ ਜੌਬ ਲੱਭਦਾ ਪਰਦਾ ਹੈਗਾ ਅੱਛਾ ਪਹਿਲਾਂ ਕੀ ਕੰਮ ਕਰਦੇ ਹੋ ਆ ਸਾਡਾ ਟਿੰਬਰ ਸਟੋਰ ਹੈਗਾ ਸੀ ਮਤਲਬ ਲੱਕੜੀ ਦਾ ਕਾਰਖਾਨਾ ਮੈਡਮ ਜੀ ਅੱਛਾ 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 ਲੱਕੜੀ ਉਹ ਲੱਕੜੀ ਦਾ ਜਿਹੜਾ ਸਾਡਾ ਟਿੰਬਰ ਸਟੋਰ ਹੈਗਾ ਸੀ ਨਾ ਉਹ ਮੈਂ ਆਪਣੇ ਭਰਾ ਨੂੰ ਦੇ ਛੱਡਿਆ ਜੀ ਅੱਛਾ ਓਹੋ ਫਿਰ ਬਸ ਫਿਰ ਹੁਣ ਮੈਂ ਵਿਹਲਾ ਹੈਗਾ ਮੈਂ ਜੌਬ ਲੱਭਦਾ ਪਰਦਾ ਹੈਗਾ ਤੁਹਾਡੇ ਤੇ ਕੋਈ ਕੰਮ ਵਾਮ ਹੈਗਾ ਤੇ ਇੱਦਾਂ ਬੈਠਣ ਦਾ ਗੱਲਾਂ ਕਰਨਾ ਤੇ ਮੈਨੂੰ ਦੇ ਦਿਓ ਹਾਂ ਕੰਮ ਹੈਗਾ ਇੱਕ ਕੈਦੀ ਨੂੰ ਪਟਾ ਬਣਾਉਣਾ ਬੜੇ ਤਰੀਕੇ ਨਾਲ ਮੈਡਮ ਜੀ ਅੱਜ ਕੱਲ ਮਸ਼ੀਨੀ ਦੌਰ ਆਈ ਮਸ਼ੀਨ ਨਾਲ ਆ ਜਾਂਦਾ ਇਹਨਾਂ ਦੀ ਕੀ ਲੋੜ ਆਈ ਮੈਡਮ ਜੀ ਤੁਹਾਡੇ ਹੱਥ ਹੀ ਬਹੁਤ ਆ ਗਏ ਨਹੀਂ 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 ਹੱਥ ਤੇ ਠੀਕ ਆ ਯੂਜ਼ ਕਰ ਸਕਦੇ ਹੋ ਪਰ ਇਹ ਆ ਕਿ ਅਸੀਂ ਇਹਨੂੰ ਪਟਾ ਬਣਾਉਣਾ ਬਣਾ ਦਿੰਦੇ ਆ ਮੈਡਮ ਜੀ ਹੁਣੇ ਬਣਾ ਦਿੰਦੇ ਆ ਨਹੀਂ ਮੈਡਮ ਜੀ ਤੁਹਾਡੇ ਹੱਥ ਨਾਲ ਖਾਣ ਤੇ ਜੀ ਬੜਾ ਸਵਾਦ ਆਉਂਦਾ ਹੈ ਚਲ ਆ ਜਾ ਫਿਰ ਅੱਗੇ ਹਾਂ ਮੈਡਮ ਜੀ ਇੰਨਾ ਕੱਤ ਸਾਨੂੰ ਵੀ ਲਗਾ ਦਿਓ ਜਰਾ ਸ਼ਰਮਾ ਜੀ ਨੀ ਆ ਰਿਹਾ ਅੱਜ ਕੱਲ ਕਹਿੰਦੇ ਸ਼ਰਮਾ ਜੀ ਆਉਣ ਤੇ ਹੋਰ ਮਿਸਯੂ ਜੀ ਕਿਦਾਂ ਜੀ ਮਿਸਯੂ ਉਹ ਮੈਂ ਤੇਰੇ ਕੰਨ ਤੇ ਰਗੜਾ ਮਾਰਨਾ ਹੈਗਾ ਜੀ ਉਹਦਾ ਨਾਮ ਦਿੱਤਾ ਹੈਗਾ ਇਸ ਤੋਂ ਬਾਅਦ ਠੀਕ ਹੈ ਨਾ ਫਿਰ ਉਹੀ ਗੱਲ ਹੋ ਗਈ ਨਾ ਉਹ ਕਹਿੰਦੇ ਹੁੰਦੇ ਨਾ ਜਿੰਨ ਨੂੰ ਤੇ ਜਨਾਨੀਆਂ ਦੇ ਮੂੰਹ ਨੂੰ ਜਦੋਂ ਰਗੜੋ ਨਾ ਤੇ ਇੱਕੋ ਚੀਜ਼ ਬਾਹਰ ਨਿਕਲਦੀ ਆ ਮਤਲਬ ਅਲਾਦੀਨ ਦੇ ਚਿਰਾਗ ਨੂੰ ਜਦੋਂ ਇੱਕ ਮਿੰਟ ਇਸ ਤੋਂ ਪਹਿਲਾਂ ਕਿ ਤੁਸੀਂ ਮੇਰਾ ਮੂੰਹ ਧਵਾਓ ਮੈਂ ਤੁਹਾਡੇ ਸਾਰਿਆਂ ਦਾ ਮੂੰਹ ਬੰਦ ਕਰਨਾ ਚਾਹੁੰਦੀ ਹਾਂ ਜਿਹੜਾ ਬੰਦਾ ਉਹ ਵੱਡਾ ਹੈ ਨਾ ਉਨਾ ਵੱਡਾ ਫੇਸ ਆ ਤੇਰਾ ਅੱਛਾ ਮੈਂ ਕੀ ਕਹਿ ਰਹੀ ਪਤਾ ਨੀ ਮੈਂ ਕਹਿੰਦਾ ਸੀ ਜੀ ਮਿਸਯੂ ਜੀ ਦੇ ਪ੍ਰਾਹੁਣੇ ਆ ਇਹ ਉਹ ਤੂੰ ਫੇਰ ਗੱਲ ਕਰ ਦਿੱਤੀ ਅਗਲੀ ਲੜਾਈ ਵਾਲੀ ਮੈਂ ਕਿਹਾ ਤੂੰ ਇਹਨੂੰ ਸਮਝਾਉਂਦੀ ਕਿਉਂ ਨਹੀਂ ਅਗੇ ਲੱਭੀ ਤੂੰ ਮਰ ਜਾਣਾ ਬੇਵਕੂਫ ਹੈਗਾ ਸਮਝ ਹੀ ਨਹੀਂ ਸਕਦੇ ਇੱਕ ਤਾਂ ਹੁੰਦਾ ਨਾ ਉਹ ਕਹਿੰਦੇ ਹੁੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਮਤਲਬ ਕਿ ਤੁਸੀਂ ਮੈਂ ਤੁਹਾਨੂੰ ਇਸ਼ਾਰੇ ਤੋਂ ਸੱਚ ਯਾਦ ਹੈ ਤੁਸੀਂ ਮਾਈਕ੍ਰੋਵੇਵ ਦੇਖਿਆ ਕਿੱਥੇ ਹੈਗਾ ਉਹ ਤੇ ਤੇਰੀ ਭੈਣ ਨੇ ਵੇਚ ਛੱਡਿਆ ਜੀ ਉਹ ਵਾਲਾ ਨਹੀਂ ਮੈਂ ਤੁਹਾਨੂੰ ਇੱਥੇ ਹੁਣੇ ਮਾਈਕ੍ਰੋਵੇਵ ਦਿਖਾ ਦੂੰਗੀ ਨਾ ਹੁੰਦੇ ਹੋਏ ਵੀ ਦੇਖੋ ਮਾਈਕ੍ਰੋ ਹੈਗਾ ਇਹਨੇ ਵੇਵ ਕੀਤਾ ਮਾਈਕ੍ਰੋਵੇਵ ਵਾਹ ਵਾਹ ਲਵ ਯੂ ਬਹੁਤ ਮਜ਼ਾਕ ਕਰਦੇ ਆ ਗਏ ਮੇਰੀ ਸਾਲੀ ਲਵ ਯੂ ਜੀ ਸਾਨੂੰ ਤੁਸੀਂ ਸਾਲੀ ਗਿਆ ਨਾ ਮਤਲਬ ਕਿ ਹਾਂ ਮੈਂ ਗਾਲ ਵਾਲੀ ਨਹੀਂ ਗਿਆ ਗਾ ਅੱਛਾ ਪਿਆਰ ਨਾਲ ਗਿਆ ਮੈਂ ਪਿਆਰ ਨਾਲ ਗਿਆ ਗਾ ਅੱਛਾ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਓਏ ਇੰਨਾ ਟਾਈਮ ਹੋ ਗਿਆ ਤੁਹਾਡਾ ਨਾਂ ਤੇ ਪਤਾ ਨਹੀਂ ਸਾਨੂੰ ਤੁਹਾਡਾ ਨਾਂ ਕੀ ਹੈ ਜੀਜਾ ਲਵ ਯੂ ਦਾ ਜੀਜਾ ਹੋ ਹਰਬੰਸਾ ਜੀ ਹੈ ਹੁਣ ਜਿੰਨੇ ਵੀ ਜੀਜੇ ਆ ਜਿੰਨੇ ਦੁਨੀਆਂ ਦੇ ਜੀਜੇ ਉਹ ਸਾਰਿਆਂ ਦੇ ਜੀਜੇ ਆ ਜੀ ਕੀ ਬਾਤ ਹੈ ਆਪਾਂ ਵੀ ਤਾਂ ਕਿਸੇ ਦੇ ਜੀਜੇ ਮੇਰਾ ਨਾਮ ਕੀ ਹੈਗਾ ਮਤਲਬ ਮੇਰਾ ਨਾਮ ਕੀ ਹੈਗਾ ਜੀਜੇ ਤੇ ਹੋਇਆ ਨਾ ਮੈਂ ਜੀਜਾ ਨਹੀਂ
ਮਤਲਬ ਨਹੀਂ ਇਹਦਾ ਨਾਮ ਜੀਜਾ ਹੀ ਆ ਕਹਿੰਦੇ ਐਕਚੁਅਲੀ ਮੈਂ ਦੱਸਦਾ ਕੀ ਹੋਇਆ ਮੈਡਮ ਜੀ ਮੇਰਾ ਨਾਮ ਘਰ ਵਾਲਿਆਂ ਨੇ ਹਰਬੰਸ ਰੱਖਿਆ ਹੈਗਾ ਸੀਗਾ ਅੱਛਾ ਸਾਰੇ ਮੈਨੂੰ ਪਿਆਰ ਨਾਲ ਬੰਸਾ ਬੰਸਾ ਆਖਦੇ ਹੈਗੇ ਸੀਗੇ ਅੱਛਾ ਉਹ ਮੇਰਾ ਕਿਤੇ ਮਾੜੀ ਕਿਸਮਤ ਆ ਗਈ ਇਹਦੀ ਭੈਣ ਨਾਲ ਵਿਆਹ ਹੋ ਗਿਆ ਅੱਛਾ ਵਿਆਹ ਕੀ ਹੋਇਆ ਇਹਦੇ ਮੁਹੱਲੇ ਜਾਂਦਾ ਹਰ ਬੰਦਾ ਹੋਏ ਜੀਜਾ ਆ ਗਿਆ ਹੋਏ ਜੀਜੇ ਹੋਏ ਜੀਜੇ ਆਣਾ ਤਾਂ ਬਦਤਮੀਜ਼ ਨੇ ਕਦੇ ਪਿਆਰ ਨਾਲ ਆਖਿਆ ਨੀ ਉਹਨੇ ਜੀਜੇ ਆਖਦੇ ਆ ਗਏ ਇੱਕ ਦਿਨ ਜੀਜੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਆਪਣਾ ਨਾਮ ਹੀ ਜੀਜੇ ਰੱਖ ਲਵਾਂ ਮੈਂ ਆਪਣਾ ਨਾਮ ਹੀ ਜੀਜੇ ਰੱਖ ਲਿਆ ਉਦੋਂ ਹੀ ਮੈਨੂੰ ਜੀਜੇ ਆਖ ਜਾਂਦੇ ਆ ਗਏ ਆਪਾਂ ਕਿਉਂ ਆਖਿਆ ਜਦੋਂ ਨਾ ਵੱਡੀ ਦੀਦੀ ਨਾਲ ਵਿਆਹ ਹੋਇਆ ਨਾ ਫਿਰ ਨਵੇਂ ਨਵੇਂ ਇਹਨਾਂ ਨੇ ਆ ਕੇ ਉੱਥੇ ਕੁੜੀ ਛੇੜਤੀ ਅੱਛਾ ਉਦੋਂ ਵੀ ਸਾਰਿਆਂ ਨੇ ਬੰਸਾ ਬੰਸਾ ਕਹਿੰਦੇ ਹੁੰਦੇ ਸੀਗੇ ਫਿਰ ਬੰਸੇ ਨੂੰ ਬੰਸਾ ਨੂੰ ਕੁੱਟਿਆ ਲੱਭੀ ਵੀ ਕਰਦੇ ਕਿ ਮੈਂ ਤੇਰੇ ਜੀਜੇ ਆਇਆ ਜੀਜੇ ਦੀ ਬੇਇੱਜ਼ਤੀ ਕਰਦੇ ਆ ਗਏ ਤੁਹਾਡੇ ਖਾਨਦਾਨ ਦੀ ਬੇਇੱਜ਼ਤੀ ਹੋ ਜਾਣੀ ਹੈ ਕਿ ਪਾਗਲ ਨੌਕਰੀ ਲੱਭਦਾ ਹੈ ਤੇ ਨੌਕਰੀ ਖੁਸ਼ ਬੜਾ ਹੈਗਾ ਮੈਡਮ ਜੀ ਅੱਛਾ ਸਾਡੀ ਇਹਦੀ ਬਹਿਣ ਬਚ ਗਈ ਤੁਸੀਂ ਨੌਕਰੀ ਦੀ ਡਿਮਾਂਡ ਰੱਖ ਲਓ ਮੈਂ ਤੁਹਾਡੇ 10 ਘੜੀ ਪੈਕ ਕਰਵਾ ਦਿੰਦੀ ਬਾਹਰੋਂ ਖਾ ਲਿਓ ਤੁਸੀਂ ਨੌਕਰੀ ਮੰਗੀ ਨਾ 10 ਘੜੀ ਲੈ ਲਓ ਅੰਡਾ ਕਰੀ ਬਾਹਰੋਂ ਮਿਲ ਜਾਣੀ ਤੁਹਾਨੂੰ ਅੱਛਾ ਤੁਹਾਡੀ ਤੁਸੀਂ ਸਹੀ ਕਰਕੇ ਰੱਖਿਆ ਕਰੋ ਢੱਕਣ ਨੂੰ ਮੈਡਮ ਜੀ ਤੁਸੀਂ ਉਹ ਡੱਬਾ ਕਿਹਾ ਹੈਗਾ ਡੱਬੇ ਦੇ ਉੱਪਰ ਡੱਬਾ ਰੱਖ ਦਿਓ ਲੱਭ ਕੇ ਦੇ ਦਈਏ ਹਾਂ ਇਹ ਵੀ ਹੋ ਸਕਦਾ ਹੈ ਮੈਡਮ ਜੀ ਪਹਿਲਾਂ ਰਿਪੋਰਟ ਲਿਖੋ ਜਾਂ ਜੀ ਮੈਂ ਕਹਾਂਗਾ ਉਹ ਜੀ ਲੱਭਣੇ ਹੈਗੇ ਠੀਕ ਹੈ ਦੱਸੋ ਜੇ ਗੋਰੀ ਓਏ ਬੰਦੇ ਦੇ ਬੁੱਤੇ ਵਾਲੇ ਚਿੱਪ ਕਰ ਤੂੰ ਮੈਂ ਰਿਪੋਰਟ ਲਗਾਉਂਦਾ ਹੈਗਾ ਨਾ ਗੋਰੀ ਚਿੱਪ ਗੋਰੀ ਚਿੱਟੇ ਮੈਡਮ ਜੀ ਕੀ ਲਿਖਦੇ ਹੈਗੇ ਚਿੱਟੀ ਸੋਨੇ ਸੋਨੇ ਨੈਨ ਨਕਸ਼ ਹੈਗੇ ਮੈਡਮ ਜੀ ਸੋਨੇ ਸੋਨੇ ਨੈਨ ਨਕਸ਼ ਮੈਨੂੰ ਤੁਹਾਡੀ ਹਾਈਟ ਕਿੰਨੀ ਹੈਗੀ 5'4" 5'4" ਦੀ 5'4" ਜੀ ਜੀ ਤੇ ਹੱਥ ਦੇ ਵਿੱਚ ਸੋਨੇ ਦੀ ਰਿੰਗ ਪਾਈ ਮੈਡਮ ਜੀ ਹੱਥ ਵਿੱਚ ਸੋਨੇ ਦੀ ਪਰ ਇਹ ਤਾਂ ਰੋਜ਼ ਗੋਲਡ ਆ ਉਹੀ ਵਾਲੀ ਰੋਜ਼ ਗੋਲਡ ਦੀ ਰਿੰਗ ਪਾਈ ਹੈ ਗਾਣੇ ਹੱਥ ਵਿੱਚ ਰੋਜ਼ ਗੋਲਡ ਵਾਹ ਤੇ ਇਹ ਤੇ ਤਿਲ ਵੀ ਹੈਗਾ ਮੈਡਮ ਜੀ ਛੋਟਾ ਜਿਹਾ ਅੱਛਾ ਆ ਕਿਹੜਾ ਪਾਸਾ ਹੈ ਇਹ ਖੱਬਾ ਪਾਸਾ ਖੱਬੇ ਪਾਸੇ ਤਿਲ ਹੈਗਾ ਖੱਬੇ ਪਾਸੇ ਗੌਰ ਦਾ ਚੁੱਪ ਰਿਪੋਰਟ ਲਗਾਉਂਦਾ ਹੈਗਾ ਨਾ ਮੈਨੂੰ ਰਿਸ਼ਤਾ ਮਨਜ਼ੂਰ ਹੈ ਮਤਲਬ ਮੈਨੂੰ ਇਹ ਵਾਲਾ ਮਨਜ਼ੂਰ ਹੈ ਕਿ ਜੇ ਤੇਰੀ ਭੈਣ ਬਿਲਕੁਲ ਤੇਰੇ ਵਰਗੀ ਸੀ ਫਿਰ ਤਾਂ ਆਥੂ ਮਤਲਬ ਕਿ ਜੇ ਸੂਰਜ ਉਹਨੂੰ ਦੇਖ ਲੈਂਦਾ ਤੇ ਦੂਸਰੇ ਪਾਸੋਂ ਨਿਕਲਦਾ ਸੀ ਮਤਲਬ ਇਦਾਂ ਦਾ ਮਾਹੌਲ ਹੁੰਦਾ ਸੀ ਸੂਰਜ ਅੰਨਾ ਦੇ ਗਵਾਂਢੀ ਮੁੰਡਾ ਹੈ ਜੈਸੇ ਤੁਸੀਂ ਲਵ ਯੂ ਨਾਲ ਵਿਆਹ ਦੀ ਗੱਲ ਕਿਉਂ ਨਹੀਂ ਤੋਰੀ ਗਿਆ ਤਾਂ ਇਸੇ ਵਾਸਤੇ ਹੈਗਾ ਸੀ ਅੱਛਾ ਫਿਰ ਸਾਹਮਣੇ ਉਹ ਆ ਗਈ ਤੇ ਤੁਸੀਂ ਉਹਨੂੰ ਪਸੰਦ ਕਰ ਲਿਆ ਬਸ ਜਦੋਂ ਬੰਦੇ ਦੀ ਕਿਸਮਤ ਪੁੱਟੀ ਹੁੰਦੀ ਹੈ ਮੈਡਮ ਜੀ ਹਾਂ ਅੱਧਾ ਹੀ ਹੁੰਦਾ ਫਿਰ ਨਾ ਲੱਤ ਮਾਰਦਾ ਹੈ ਨਾ ਮੁੱਕਾ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਆ ਤੁਸੀਂ ਬਿਲਕੁਲ ਸਹੀ ਆਖਿਆ ਮੈਡਮ ਜੀ ਮੈਂ ਵੀ ਸੁਣਿਆ ਹੀ ਆ ਕਿਸੇ ਦਾ ਨਾ ਲੱਤ ਮਾਰਦਾ ਨਾ ਮੁੱਕਾ ਮਾਰਦਾ ਰੱਬ ਜਦੋਂ ਹੀ ਮਾਰਦਾ ਤੁੱਕਾ ਮਾਰਦਾ ਤੁੱਕਾ ਹੀ ਵੱਜਦਾ ਮੈਮ ਕਈ ਵੀ ਰੱਬ ਕੋਲੋਂ ਤੁਹਾਨੂੰ ਪਤਾ ਹੈਗਾ ਮੈਡਮ ਜੀ ਬਹੁਤ ਸੋਹਣਾ ਗਾਉਂਦੀ ਹੈਗੀ ਹੈ ਬੋਲ ਆਈ ਹਾਂ ਸਾਡੀ ਕੋਲ ਆਈ ਤੁਹਾਡੀ ਨਹੀਂ ਆਈ ਸਾਡੀ ਆਈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਹਾਂ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ
ਮੈਂ ਪਰਵਿੰਦਰ ਬੋਲਦਾ ਜੀ ਕਲੋਰਾਡੋ ਤੋਂ। ਓਕੇ ਜੀ, ਕੀ ਹਾਲ ਚਾਲ ਨੇ? ਹਾਂਜੀ ਵਧੀਆ, ਤੁਸੀਂ ਸੁਣਾਓ? ਬਸ ਵਧੀਆ ਜੀ, ਫਸਟ ਕਲਾਸ। ਹੋਰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਸੀਗਾ ਸ਼ੋਅ ਤਾਂ ਬਹੁਤ ਵਧੀਆ ਹੈਗਾ, ਪਰ ਜਿਹੜਾ ਭਾਜੀ ਤੁਸੀਂ ਨਵਾਂ ਲਿਆਂਦਾ ਹੈਗਾ, ਹਾਂਜੀ, ਇਹ ਬੜਾ ਮੂੰਹ ਬੜਾ ਕਹਿੰਦਾ ਹੈਗਾ ਵੀ ਫਲਾਣੀ ਦਾ ਮੂੰਹ ਏਦਾਂ ਦਾ, ਫਲਾਣੀ ਦਾ ਮੂੰਹ ਏਦਾਂ ਦਾ। ਆ ਮੇਰੀ ਜੀ ਗਲਤੀ ਹੋ ਗਈ ਹੈ, ਮਾਫ ਕਰ ਦਿਓ ਸਾਨੂੰ। ਐਕਚੁਅਲੀ ਮੈਂ ਨਾ ਕਿਤੇ ਸੁਣਿਆ ਹੈਗਾ ਸੀ ਇਹਦੇ ਬਾਰੇ, ਇਹਨੂੰ ਸਾਰੇ ਇੱਦਾਂ ਹੀ ਕਹਿੰਦੇ ਹੈਗੇ ਸੀ, ਮੈਂ ਵੀ ਆਖਦੀ ਤਾਂ ਵਿੱਚ ਨਹੀਂ, ਪਹਿਲੇ ਵੀ ਮੈਂ ਇੱਕ ਦੋ ਵਾਰੀ ਕਾਲ ਕੀਤੀ ਆ ਵੀ ਏਦਾਂ ਨੀ ਕਹਿਣਾ ਚਾਹੀਦਾ, ਰਿਸਪੈਕਟ ਨਾਲ ਗੱਲ ਕਰੋ ਜੀ। ਜੀ ਵੀਰ ਜੀ, ਬਿਲਕੁਲ ਧਿਆਨ ਰੱਖਾਂਗੇ ਵੀਰ ਜੀ, ਨੈਕਸਟ ਟਾਈਮ ਜੀ। ਥਾਣੇ ਦੇ ਹੈਗੇ ਹਜੇ ਤਾਂ ਉਹਨਾਂ ਨੇ ਤੁਹਾਨੂੰ ਸੁਝਾ ਦਿੱਤਾ, ਮਤਲਬ ਥੋੜੀ ਦੇਰ ਬਾਅਦ ਅਸੀਂ ਸੁਝਾ ਦੇਣਾ। ਹਾਂਜੀ, ਲਵ ਯੂ। ਹਾਈ ਜੀ, ਆਈ ਲਵ ਯੂ ਟੂ। ਨਹੀਂ ਉਦਾਂ ਨਹੀਂ ਆਖਿਆ ਹੈਗਾ, ਬੜਾ ਸੋਹਣਾ ਗਾਉਂਦੀ ਹੈਗੀ ਹੈ। ਆਪਣੀ ਉਮਰ ਦੇ ਹਿਸਾਬ ਨਾਲ ਲੈ ਤਾਲਾਂ ਕੱਢੋ ਤੁਸੀਂ। ਅੱਜ ਜਵਾਨ ਹੈਗਾ ਮੈਡਮ ਜੀ, ਉਹਨੇ ਤਾਂ ਮੈਂ ਤੁਹਾਨੂੰ ਰਿਪੋਰਟ ਲਗਾਈ ਹੈਗੀ, ਕੀ ਗੱਲਾਂ ਕਰਦੇ ਹੈਗੇ? ਨਹੀਂ ਤੇ ਰਿਪੋਰਟ ਦਾ ਤੁਹਾਡੇ ਜਵਾਨ ਹੋਣ ਦਾ ਕੀ ਲੈਣਾ ਦੇਣਾ ਤੁਹਾਡੇ ਤੇ? ਕਹਿਣਾ ਐਨੀਵੇਸ, ਗਾਣਾ ਸੁਣਾ। ਓਹਨੂੰ ਰੋਕਣ ਦੀ ਬਜਾਏ ਤੈਨੂੰ ਨਾ ਰੋਕਾਂ, ਤੈਨੂੰ ਬਜਾਉਣ ਦਾ ਕੀ ਹੁੰਦਾ? ਸੌਰੀ ਅੱਛੀ ਅਜੇ ਕਰਨ ਲੱਗੇ, ਤੁਹਾਡੇ ਹੋ ਜਾਂਦਾ ਮੈਡਮ ਜੀ, ਸੌਰੀ ਮਾਫ ਕਰ ਦਿਓ। ਲਵ ਯੂ, ਆ ਛੱਡ ਦੇ ਇੱਧਰ, ਆ ਮੈਂ ਬਜਾਣਾ ਹੈਗਾ ਜੀ। ਇਹ ਨਹੀਂ ਵੱਜਣਾ। ਅੱਛਾ ਇਹ ਵਜਾ ਦਿੰਦਾ ਹੈਗਾ, ਚੱਲ ਚੱਲ। ਛੱਲਾ ਮੇਰਾ ਜੀ ਢੋਲਾ, ਢੋਲੇ ਦਾ ਨਾ ਕਸੂਰ ਹੋਵੇ। ਛੱਲਾ ਮੇਰਾ ਜੀ ਢੋਲਾ, ਢੋਲੇ ਦਾ ਨਾ ਕਸੂਰ ਹੋਵੇ। ਮੈਨੂੰ ਕਈ ਵਾਰੀ ਇੰਜ ਲੱਗਦਾ ਮੇਰੇ ਸੱਜੇ ਪਾਸੇ ਸੂਰ ਹੋਵੇ। ਕਿਹਨੂੰ ਆਖਿਆ ਗਿਆ ਮੈਡਮ ਤੁਹਾਨੂੰ ਗੂਗਲ ਬੋਲ ਜਾ ਕੇ? ਇੱਕ ਮਿੰਟ, ਤੁਸੀਂ ਮੇਲ ਫੀਮੇਲ ਦਾ ਬਹੁਤ ਵਧੀਆ ਤਰੀਕੇ ਨਾਲ ਵਰਜਨ ਦੇਖ ਸਕਦੇ ਹੋ। ਹੈਲੋ ਜੀ, ਸਤਿ ਸ੍ਰੀ ਅਕਾਲ ਆਂਟੀ ਜੀ। ਸਤਿ ਸ੍ਰੀ ਅਕਾਲ ਆਗੀ ਆ ਜੀ। ਸਤਿ ਸ੍ਰੀ ਅਕਾਲ ਆਂਟੀ ਜੀ। ਹੁਣ ਆਏ, ਹੁਣ ਕਰੋ ਗੱਲ। ਹਾਂਜੀ ਪਾਲੀ ਜੀ ਛੁੱਟੀ ਤੇ ਨੇ। ਅਸੀਂ ਵੀ ਇਹਨੂੰ ਕਦੋਂ ਦੇ ਹੀ ਕਹਿ ਰਹੇ ਹਾਂ ਆਂਟੀ ਜੀ, ਮੰਨਦੀ ਨੀ ਹੈਗੀ ਹੈਗੀ, ਪੱਕਾ ਨੀ, ਅਸੀਂ ਵੀ ਕਦੋਂ ਦੇ ਹੀ ਕਹਿ ਰਹੇ ਹੈਗੇ ਇਹਨੂੰ, ਮੰਨਦੀ ਨੀ ਹੈਗੀ ਸਾਡੀ ਗੱਲ। ਅੱਛਾ ਪਹਿਲਾਂ ਜਦੋਂ ਤੁਸੀਂ ਹੈ ਨਾ ਸ਼ੋਅ ਸਟਾਰਟ ਕੀਤਾ, ਉਦੋਂ ਕਰਦੇ ਸੀ ਕਿ ਬਾਤ ਪਾਵਾਂ ਬਤੂਰੀ ਪਾਵਾਂ, ਹਾਂਜੀ ਇਹ ਕਿਹਾ ਸੀ, ਤੇ ਮੈਂ ਪਾਵਾਂ ਬਾਤ? ਪਾਦੋ ਪਾਦੋ। ਅੱਛਾ ਬਾਤ ਪਾਵਾਂ ਬਤੂਰੀ ਪਾਵਾਂ, ਬਾਤ ਪਾਵਾਂ ਆਦਾ ਪੁੱਤ ਪੋਤਾ ਵਿਆਹ ਤੇ ਕੁਮਾਰਾ ਰਹਿ ਗਿਆ ਦਾਦਾ। ਇਹਨਾਂ ਦੀ ਗੱਲ ਹੋ ਰਹੀ ਹੈ? ਤੁਸੀਂ ਮੇਰੀ ਗੱਲ ਕਰਦੇ ਹੈਗੇ ਆਂਟੀ ਜੀ? ਇੱਕ ਬਿੱਲੀ ਚੋਰੀ ਹੋ ਗਈ। ਅੱਛਾ, ਓਹੋ ਬਿੱਲੀ ਚੋਰੀ ਹੋ ਗਈ, ਚੂਹੇ ਹੁਣ ਬਿੱਲੀ ਚੋਰੀ ਹੋ ਗਈ ਤੇ ਓਹਦੀ ਰਿਪੋਰਟ ਲਿਖ ਦੋ ਕੋਈ ਬਿੱਲੀ ਲੈ ਗਿਆ, ਕੋਈ ਚੂਹਾ ਹੀ ਲੈ ਕੇ ਗਿਆ ਹੋਣਾ ਆਂਟੀ। ਹਾਂ ਮੈਂ ਲਿਖ ਲਈ ਤੁਹਾਡੀ ਰਿਪੋਰਟ ਤੇ ਨਾਲ ਦੇ ਨਾਲ ਤੁਸੀਂ ਹੁਣ ਸਾਨੂੰ ਇੱਕ ਗਾਣਾ ਸੁਣਾਓ। ਓਕੇ ਜੀ, ਸਤਿ ਸ੍ਰੀ ਅਕਾਲ। ਗਾਣਾ ਤੂੰ ਸੁਣਾ ਮੈਡਮ ਜੀ, ਇੱਕ ਮਿੰਟ, ਇੱਕ ਮਿੰਟ ਚਾਹੀਦਾ ਹੈਗਾ ਤੁਹਾਡਾ ਜਰਾ। ਹਾਂਜੀ ਦੱਸੋ ਜੀ। ਮੈਡਮ ਜੀ ਚੋਰ ਹੈਗਾ,
ਇਹ ਚੂਰ ਹੈਗਾ ਸੀਗਾ ਚੂਰ ਨਹੀਂ ਹੈਗਾ ਇਹ ਚੋਰ ਹੈਗਾ ਮੈਡਮ ਜੀ ਮੇਰਾ ਵੀ ਕੁਝ ਗਾਇਬ ਹੋਇਆ ਮੈਨੂੰ ਇਦਾਂ ਲੱਗਦਾ ਹੈਗਾ ਹੁਣੇ ਹੁਣੇ ਤੁਹਾਡਾ ਦਿਲ ਤੇ ਨਹੀਂ ਗਾਇਬ ਹੋ ਗਿਆ ਮੈਡਮ ਜੀ ਉੱਤੇ ਹੋ ਗਿਆ ਤੇ ਤੁਹਾਨੂੰ ਪਤਾ ਹੈਗਾ ਕਿੱਥੇ ਹੋਇਆਗਾ ਹਾਂਜੀ ਕਿੱਥੇ ਮੈਡਮ ਜੀ ਐਨੀਵੇਸ ਹਾਂ ਓਏ ਚੋਰੀ ਤੇ ਨਹੀਂ ਕੀਤਾ ਤੂੰ ਇਹਨਾਂ ਨੂੰ ਕੁਝ ਮੈਂ ਕੁਝ ਨਹੀਂ ਕੀਤਾ ਜੀ ਭਾਵੇਂ ਚੈੱਕ ਕਰ ਲਓ ਜੀ ਮੈਨੂੰ ਲੱਗਦਾ ਹੈਗਾ ਮੇਰਾ ਕੁਝ ਚੋਰੀ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਪਾਪਾ ਜੀ ਮਾਤਰ ਤੱਪੜ ਮਾਰਨਾ ਹੈਗਾ ਬਕਵਾਸ ਕਰਦਾ ਹੈਗਾ ਮੇਰੇ ਨਾਲ ਦੇਖੋ ਤੁਸੀਂ ਬਿਲਕੁਲ ਸਹੀ ਤੁਸੀਂ ਆਹ ਦੇਖੋ ਮੇਰੇ ਵੀ ਆ ਗਿਆ ਮੇਰੇ ਮੇਰੇ ਸਟਾਰ ਚੋਰੀ ਕੀਤੇ ਮੇਰੇ ਸਟਾਰ ਚੋਰੀ ਹੋ ਗਏ ਹਾਏ ਮੈਂ ਮੇਰਾ ਸਟਾਰ ਤੇ ਜਿੱਤਾ ਆ ਜਾਉਂਦਾ ਰੇ ਪੁੱਤਰ ਪੈਨ ਚੱਕਿਆ ਮੈਂ ਅੱਛਾ ਸੌਰੀ ਮੈਂ ਸੁੱਚਾ ਜੋੜੇ ਮੇਰੇ ਸਟਾਰ ਕੱਢ ਜਲਦੀ ਕੱਢ ਮੇਰੇ ਸਟਾਰ ਤੋਂ ਇੱਥੇ ਲਗਾ ਦੇ ਫਟਾਫਟ ਮੈਡਮ ਜੀ ਜਦੋਂ ਮੈਂ ਆਇਆ ਸੀ ਨਾ ਮੈਂ ਸੋਚ ਰਿਹਾ ਸੀ ਮੈਡਮ ਮੈਂ ਕੌਣ ਮਤਲਬ ਨਹੀਂ ਮਤਲਬ ਬਿਨਾਂ ਸਟਾਰ ਤੋਂ ਵੱਟੇ ਆ ਗਏ ਕੋਈ ਹਵਲਦਾਰ ਨਹੀਂ ਹੈਗੀ ਹੈ ਮੈਂ ਇੰਸਪੈਕਟਰ ਹਾਂ ਜੀ ਜੂਨੀਅਰ ਹੈ ਮੈਡਮ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਤੁਸੀਂ ਮੈਂ ਵੱਡੇ ਵੱਡੇ ਸਟਾਰਾਂ ਦੇ ਨਾਲ ਬੈਠਦੇ ਆ ਤੁਹਾਨੂੰ ਨਹੀਂ ਪਤਾ ਥੈਂਕ ਯੂ ਤੁਸੀਂ ਸਾਡਾ ਸਟਾਰ ਕਿਹਾ ਹੈਗਾ ਲਵ ਯੂ ਆਈ ਲਵ ਯੂ ਟੂ ਜੀ ਜੀ ਉਹ ਵਾਲਾ ਨਹੀਂ ਨਾਮ ਦਿੱਤਾ ਗਿਆ ਚੰਨ ਕਿਤਾ ਗੁਜ਼ਾਰੀ ਆਈ ਚੰਨ ਕਿਤਾ ਗੁਜ਼ਾਰੀ ਆਈ ਰਾਤ ਵੇ ਹੈਲੋ ਜੀ ਹਾਂ ਇੰਟਰੋਡਿਊਸ ਕਰਦੀ ਆ ਤੁਹਾਨੂੰ ਇੰਟਰੋਡਿਊਸ ਮੈਂ ਕਰਦੀ ਆ ਇਹ ਹਾਂਜੀ ਰਿਪੋਰਟ ਲਿਖੋ ਹੈਲੋ ਭਾਜੀ ਹੈਲੋ ਮੇਰੀ ਗੱਲ ਸੁਣੇ ਤੁਹਾਡੇ ਜੀਜਾ ਜੀ ਨੇ ਕੌਣ ਹੈਗਾ ਇਹ ਤੁਹਾਡੇ ਭਰਾ ਹੈਗੇ ਹਾਂਜੀ ਤੁਹਾਡੇ ਸਾਰੇ ਨੇ ਆ ਦੱਸਤੀ ਗੱਲ ਹੈਗੀ ਹਾਂਜੀ ਇਹ ਲਵ ਯੂ ਤੇ ਜੀਜਾ ਜੀ ਤੇ ਤੁਹਾਡੇ ਵੀ ਜੀਜਾ ਜੀ ਜੀ ਮੈਂ ਮਿਸ ਯੂ ਦਾ ਹਸਬੰਡ ਹੈਗਾ ਵੀਰ ਜੀ ਮਿਸ ਯੂ ਦਾ ਹਸਬੰਡ ਹੈਗਾ ਹਾਂਜੀ ਕਿਸੇ ਥੱਕੇ ਲੋਹਾਰ ਦੀ ਥੋੜੇ ਵਰਗਾ ਮੂੰਹ ਇਹਨਾਂ ਦਾ ਕਹਿੰਦਾ ਜੀਜਾ ਇਹ ਵੀਰ ਜੀ ਮੇਰੀ ਤਾਰੀਫ ਕਿਉਂ ਕਰਦੇ ਹੈਗੇ ਨਲਕਾ ਚੋਰੀ ਨਹੀਂ ਇਹ ਜਿਉਣਾ ਨੀ ਚੁਰਾ ਸਕਦਾ ਨਲਕਾ ਕਿਉਂਕਿ ਨਲਕਾ ਤਾਂ ਜੀ ਅਰੇ ਇਹਨੂੰ ਦੇਖ ਕੇ ਤੁਹਾਨੂੰ ਲੱਗਦਾ ਇਹ ਟੂਟੀ ਵੀ ਚੋਰੀ ਕਰ ਸਕਦਾ ਮਤਲਬ ਹਰਪਾਲ ਜੀਜਾ ਨੀ ਜੀਜਾ ਠੀਕ ਆ ਜੀਜਾ ਕਿਵੇਂ ਹੁਣ ਤੇ ਤੁਸੀਂ ਵੀ ਕਹਿ ਸਕਦੇ ਮੈਨੂੰ ਕੋਈ ਦੁੱਖ ਨਹੀਂ ਹੋਏਗਾ ਵੀਰ ਜੀ ਠੀਕ ਆ ਜੀਜਾ ਨੇ ਬਣਾ ਲਈਏ ਮੁਫਤ ਜੀ ਆ ਤੁਹਾਡੀ ਮਿਹਰ ਹੈ ਪੈਸੇ ਲੈ ਲਓ ਤੁਸੀਂ ਲੈਣੇ ਜੇ ਤਾਂ ਪੈਸੇ ਦੇ ਦੋ ਵੀਰ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਅਕਾਊਂਟ ਸੈਂਡ ਕਰ ਦਿਆਂਗਾ ਰਿਸ਼ਤਾ ਜੱਸਾ ਹੈਗਾ ਸਾਡਾ ਮੈਂ ਮੰਨਿਆ ਕਿ ਲਿਬੜੀ ਲੁਮੜੀ ਵਰਗਾ ਮੂੰਹ ਆ ਭੈਣ ਦਾ ਤਾਂ ਜੀਜਾ ਕਿੱਥੋਂ ਆ ਗਿਆ ਆਪਣਾ ਵੀ ਦੇਖੋ ਨਾ ਤਾਂ ਸ਼ਿੰਚੀ ਵਰਗਾ ਮੂੰਹ ਆ ਤੁਹਾਡਾ ਮਿਰਚੀ ਹੋਣੀ ਲੱਗਦੀ ਭੈਣ ਕੀ ਯਾਰ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਯਾਰ ਤੂੰ ਫਿਕਰ ਨਾ ਕਰੀ ਜਦੋਂ ਵੀ ਤੈਨੂੰ ਮਦਦ ਦੀ ਲੋੜ ਹੋਈ ਨਾ ਮੈਨੂੰ ਕਾਲ ਮਾਰ ਦੀ ਹਾਂ ਮਦਦ ਦੀ ਨਹੀਂ ਸਿਰਫ ਇੱਕ ਮਦਦ ਦੀ ਲੋੜ ਹੈ ਮੇਰਾ ਵਿਆਹ ਕਰਾ ਦਿਓ ਆ ਜੀਜਾ ਪੈਂਟਾ ਜੇ ਰਲ ਕੇ ਮੈਂ ਕਿਹਾ ਜੀਜਾ ਜੀ ਮੇਰੀ ਭੈਣ ਦਾ ਖਿਆਲ ਰੱਖਿਓ ਕਹਿੰਦੇ ਗੱਲ ਸੁਣ ਪਹਿਲਾਂ ਤੂੰ ਦੱਸ ਮਤਲਬ ਇੰਨੀ ਵਾਰੀ ਆ ਕੇ ਕਹਿ ਤਾ ਕਿ ਖਿਆਲ ਰੱਖਿਓ ਗੱਲ ਕੀ ਆ
ਫਿਰ ਮੈਂ ਜੀਜੇ ਨੂੰ ਦੱਸਿਆ ਮੈਂ ਕਿਹਾ ਪਹਿਲਾਂ ਹੀ ਦੂਤਾ ਨਾਰੀ ਵਿਆਹ ਹੀ ਭੱਜ ਗਈ ਆ ਤਾਂ ਕਰਕੇ ਮੈਂ ਕਹਿੰਦੀ ਪਲੀਜ਼ ਉਦੋਂ ਸੁਣੀ ਨਹੀਂ ਤੁਸੀਂ ਗੱਲ ਮੈਂ ਸੁਣ ਲੈਂਦਾ ਤੇ ਅੱਜ ਨੌਬਤ ਨਾ ਆਉਂਦੀ ਫਿਰ ਵੱਜ ਗਈ ਹੈ ਓਹੋ ਲੇਕਿਨ ਮੈਂ ਬੜਾ ਗੁੱਸਾ ਹੈਗਾ ਵੱਜ ਗਈ ਹੈ ਬਹੁਤ ਗੁੱਸਾ ਹੈਗਾ ਮਤਲਬ ਲੱਗ ਰਹੀ ਚੁੱਕਣ ਜਾਓ ਤੇ ਟਾਇਰ ਦੇ ਥੱਲੇ ਹੱਥ ਆ ਜੇ ਉਦਾਂ ਦੀ ਸ਼ਕਲ ਆ ਤੁਹਾਡੀ ਸਾਹਮਣੇ ਬੋਲ ਵੀ ਨੀ ਹੁੰਦਾ ਸੀ ਕੋਲ ਤੇ ਹਿੰਮਤ ਹੀ ਨੀ ਪੈਂਦੀ ਸੀ ਬੋਲਣ ਦੀ ਤਰੋ ਨਿਕਲ ਜਾਂਦਾ ਜਦੋਂ ਸਾਹਮਣੇ ਆ ਕੇ ਬੋਲਦਾ ਬੋਲਦੀ ਮੂੰਹ ਤੇ ਤੁੱਕਾ ਹੁੰਦਾ ਸੀ ਤੇਰੇ ਕਰਕੇ ਤੇਰੇ ਜੀਜੇ ਦੇ ਚਪੇੜਾ ਪੈਣੀ ਹੈ ਤੈਨੂੰ ਦੱਸਾਂ ਮੈਂ ਹਾਂ ਕਿਉਂ ਲੈ ਕੇ ਆਈ ਹੈ ਉਹਨੂੰ ਉੱਥੇ ਮੈਂ ਇਹ ਜੀਜੇ ਚਪੇੜਾ ਵਜਨੇ ਤੇ ਮੈਨੂੰ ਸਾਡੇ ਸਾਰੇ ਖਾਨਦਾਨ ਦੇ ਚਪੇੜਾ ਮਾਰੋ ਤੇ ਹੁਣ ਤੇ ਜੀਜੇ ਹੈ ਹੀ ਨਹੀਂ ਜੀ ਮਤਲਬ ਕਿ ਸਾਡੇ ਸਾਰੇ ਖਾਨਦਾਨ ਦਾ ਨਾਮ ਖਰਾਬ ਹੋ ਜਾਣਾ ਮੈਡਮ ਜੀ ਹੁਣ ਤੇ ਜੀਜੇ ਹੈ ਹੀ ਨਹੀਂ ਜੀ ਤੇ ਤੂੰ ਕਹਿਣਾ ਨਾ ਤੈਨੂੰ ਕੋਈ ਪ੍ਰੋਬਲਮ ਹੈਗੀ ਹੈ ਜੀਜੇ ਗੰਜ ਮੈਂ ਕਿਉਂ ਕਹਿਣਾ ਕਿਉਂਕਿ ਭੱਜ ਗਈ ਜੀ ਲਵ ਯੂ ਦੀ ਭੈਣ ਦਾ ਜੀ ਤੇਰੀ ਭੱਜੇ ਮਰ ਜਾਣਾ ਤੂੰ ਭੱਜ ਗਈ ਉਹ ਕਹਿੰਦੇ ਭੱਜ ਗਈ ਲਵ ਯੂ ਜੀਜਾ ਹੀ ਗੁੱਸੇ ਹੁੰਦੇ ਕਦੀ ਕਦੀ ਫਿਰ ਉਹ ਗੁੱਸੇ ਚ ਕਹਿਣ ਲੱਗ ਪੈਂਦੇ ਨਹੀਂ 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 ਉਹ ਸੱਚੀ ਭੱਜ ਗਈ ਹੈਗੀ ਫਿਰ ਇੱਦੀ ਕਹਿੰਦੇ ਨੇ ਸੱਚੀ ਭੱਜ ਗਈ ਫਿਰ ਉਹ ਮੈਡਮ ਜੀ ਤੁਸੀਂ ਮੈਨੂੰ ਯਕੀਨ ਕਰੋ ਮੈਂ ਲਵ ਯੂ ਦੀ ਸੁਗੰਧ ਆਏਗਾ ਲਵ ਯੂ ਉੱਤੇ ਘੜੇ ਘੜੀ ਮਰ ਜੇ ਜੇ ਮੈਂ ਝੂਠ ਬੋਲਣਾ ਨਹੀਂ ਸਾਨੂੰ ਲੋੜ ਆ ਬਹੁਤ ਮੇਰੇ ਘਰ ਵਾਲੀ ਭੱਜ ਗਈ ਹੈਗੀ ਤੇ ਮੈਂ ਬੜਾ ਖੁਸ਼ ਹੈਗਾ ਅੰਦਰੋਂ 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 ਬਹੁਤ ਦੁਖੀ ਹੈਗਾ ਬਹੁਤ ਦੁਖੀ ਹੈਗਾ ਬਹੁਤ ਦੁਖੀ ਹੈਗਾ ਮੈਂ ਭੱਜੀ ਨਹੀਂ ਹੈਗੀ ਮੈਨੂੰ ਪਤਾ ਨਾ ਭੱਜ ਗਈ ਮਤਲਬ ਕਿ ਟੁੱਟੀ ਭੱਜੀ ਜਿੱਦਾਂ ਭੱਜ ਨਹੀਂ ਜਾਂਦੀ ਕੋਈ ਚੀਜ਼ ਉਹ ਟੁੱਟ ਕੇ ਅੱਗੇ ਬਾਹ ਨੂੰ ਟੁੱਟ ਗਈ ਥੋੜੀ ਜੀ ਚੜੀ ਚੜੀ ਕੋਠੇ ਤੋਂ ਵੀ ਛੱਤ ਤੇ ਚੜੀ ਸੌਣ ਦੀ ਚੜੀ ਵੇ ਲੱਗੀ ਸੌਣ ਦੀ ਚੜੀ ਮੈਂ ਵੀ ਚੜੀ ਕੋਠੇ ਤੋਂ ਵੀ ਛੱਤ ਤੇ ਚੜੀ ਜੀਜਾ ਆਇਆ ਸਾਡਾ ਥਾਣੇ ਵਿੱਚ ਘਰ ਕੇ ਨੱਚਣੇ ਨੂੰ ਜੀ ਕਰ ਜਾ ਨੱਚਣੇ ਨੂੰ ਕਹਤੋਂ ਕਰੂੰਗਾ ਹਾਏ ਇੱਕ ਤੇ ਮੈਂ ਹੁਣ ਹਾਂਜੀ ਫਿਰ ਦੁਆਰਾ ਸੁਣੋ ਸੌਣ ਦੀ ਚੜੀ ਵੇ ਲੱਗੀ ਸੌਣ ਦੀ ਚੜੀ ਮੈਂ ਵੀ ਚੜਾ ਕੋਠੇ ਤੋਂ ਵੀ ਛੱਤ ਤੇ ਚੜੀ ਜੀਜਾ ਆਇਆ ਸਾਡਾ ਥਾਣੇ ਵਿੱਚ ਘਰ ਕੇ ਨੱਪਣੇ ਨੂੰ ਜੀ ਕਰਦਾ ਟੱਪ ਲੋ ਜੀਜੇ ਨੂੰ ਕੁੱਟਣ ਤੋਂ ਬਾਅਦ ਮੇਰਾ ਅੱਜ ਟੱਪਣੇ ਨੂੰ ਜੀ ਕਰਦਾ ਲਵ ਯੂ ਆਈ ਲਵ ਯੂ ਟੂ ਜੀਜਾ ਜੀ ਉਹ ਮਾਣਾ ਨਹੀਂ ਮੈਂ ਨਾਮ ਦਿੱਤਾ ਗੱਲ ਨਾਮ ਤੁਸੀਂ ਇੰਨੇ ਮਜ਼ੇ ਨਾਲ ਲੈਂਦੇ ਮੈਨੂੰ ਮਜ਼ਾ ਆਇਆ ਸੱਚੀ ਤੁਹਾਡੇ ਭੰਗੜੇ ਨੂੰ ਠੰਡ ਲੱਗੀ ਹੋਈ ਉਹ ਡੰਡ ਨਹੀਂ ਲੱਗੀ ਹੈਗੀ ਅਸੀਂ ਅੱਧੇ ਡਾਂਸ ਕਰਦੇ ਹੈਗੇ ਅੱਛਾ ਡਾਂਸ ਤੇ ਵੱਪ ਜਾਂਦਾ ਹੀ ਹੈਗਾ ਨਹੀਂ ਸ਼੍ਰਿੰਕ ਹੋਇਆ ਹੋਇਆ ਤੁਹਾਡਾ ਨਾ ਨਹੀਂ ਨਹੀਂ ਇਹ ਸਾਡਾ ਸਪੈਸ਼ਲ ਆਉਂਦਾ ਹੈਗਾ ਫਿਰ ਜਿੱਦਾਂ ਲੁੰਗੀ ਡਾਂਸ ਨਹੀਂ ਹੈਗਾ ਹਾਂਜੀ ਉਦਾਂ ਹੀ ਸਾਡੇ ਜੀਜੇ ਦਾ ਉਂਗਲੀ ਡਾਂਸ ਆ ਉਂਗਲੀ ਡਾਂਸ ਉਂਗਲੀ ਡਾਂਸ ਉਂਗਲੀ ਡਾਂਸ ਉਂਗਲੀ ਡਾਂਸ ਉਂਗਲੀ ਡਾਂਸ ਉਂਗਲੀ ਡਾਂਸ ਉਂਗਲੀ ਇਹ ਤਾਂ ਵਧੀਆ ਡਾਂਸ ਨਾ ਕੁਝ ਕਰਨਾ ਪਈ ਨਾ ਬੰਦਾ ਥੱਕੇ ਹੀ ਬਹੁਤ ਜ਼ੋਰ ਲੱਗਦਾ ਹੈਗਾ ਇਹਦੇ ਚ ਕੀ ਇੱਕ ਸਟੈਪ ਉੱਪਰ ਇਹ ਦੇਖਣਾ ਪੈਂਦਾ ਅੱਛਾ ਬਹੁਤ ਔਖਾ ਹੈਗਾ ਵੀਰ ਜੀ ਜਿਹਨੂੰ ਏਦਾਂ ਕਰਨ ਆਉਂਦਾ ਹੈਗਾ ਮਤਲਬ ਅੱਗੇ ਉਹਨੂੰ ਕਿਹਾ ਮੈਮ ਨੇ
ਉਹਨਾਂ ਨੇ ਕਿਹਾ ਫਿਰ ਤੁਸੀਂ ਕਿਉਂ ਮਾਰੀ ਜਾਂਦੇ ਜੀ ਜਿੱਜੇ ਹੈਗਾ ਨਾ ਅੱਛਾ ਜਿੱਜੇ ਉਹ ਮਤਲਬ ਹਾਂ ਚੁੱਚੀ ਜਿੱਜੇ ਨਾ ਕੋ ਜੀ ਤੁਸੀਂ ਤੇ ਤੁਸੀਂ ਵੀ ਬਣਾ ਲਿਆ ਜੀ ਮਤਲਬ ਹੁਣੇ ਕਹਾ ਜੀ ਤੁਸੀਂ ਹੁਣ ਉਹ ਮੇਰੇ ਡਾਂਸ ਦਾ ਨੁਕਸਾਨ ਵੀ ਬੜਾ ਹੁੰਦਾ ਕਈ ਵਾਰੀ ਤੇ ਕਈ ਵਾਰੀ ਬੜਾ ਨੁਕਸਾਨ ਹੁੰਦਾ ਇੱਕ ਵਾਰੀ ਤੇ ਜਿੱਜਾ ਜੀ ਦੀ ਹਾਈਟ ਵੀ ਡਿੱਗ ਗਈ ਇੱਕ ਉੱਚੀ ਲੰਬੀ ਹਾਈਟ ਵਾਲਾ ਨਾ ਮਤਲਬ ਬੰਦਾ ਨਾਲ ਨੱਚਦਾ ਪਿਆ ਤੇ ਜਿੱਜਾ ਜੀ ਪੂਰਾ ਇੰਜੋਏ ਕਰ ਰਹੇ ਸੀਗੇ ਮਤਲਬ ਉਹਦੀਆਂ ਨਾਸਾਂ ਵੀ ਬੜੀਆਂ ਚੋਣੀਆਂ ਸੀ ਬੜਾ ਫਨ ਹੋਇਆ ਮੈਡਮ ਜੀ ਤੇ ਬੜਾ ਫਨ ਹੋਇਆ ਤਿੰਨ ਵਾਰੀ ਉਂਗਲੀ ਸਾਫ ਕੀਤੀ ਹੈਗੀ ਮੈਂ ਆਪਣੀ ਬੜਾ ਮਨ ਹੋਇਆ ਉੱਥੇ ਧਿਆਨ ਰੱਖਣਾ ਨੱਚਣ ਲੱਗੇ ਤੁਹਾਡੇ ਲਵੇ ਕੋਈ ਲੰਬਾ ਬੰਦਾ ਨਹੀਂ ਖਾਸ ਤੌਰ ਤੇ ਜਦੋਂ ਤੁਸੀਂ ਉਂਗਲੀ ਡਾਂਸ ਕਰਨਾ ਹੈਗਾ ਨਾ ਲੰਬੇ ਬੰਦੇ ਦੇ ਨਾਲ ਉਂਗਲੀ ਡਾਂਸ ਨਹੀਂ ਕਰਨਾ ਅੱਛਾ ਠੀਕ ਹੈ ਤੁਹਾਡੀ ਉਂਗਲੀ ਤੇ ਤੁਹਾਡਾ ਡਾਂਸ ਮੈਨੂੰ ਆ ਬਹੁਤ ਅੱਛਾ ਦੁਬਾਰਾ ਕਰ ਦੁਬਾਰਾ ਕਰ ਦੁਬਾਰਾ ਕਰ ਨਹੀਂ ਉਂਗਲੀ ਇੱਦਾਂ ਕਰ ਓਏ ਤੂੰ ਮੇਰੇ ਥਾਣੇ ਤੇ ਕਿਉਂ ਨਾ ਦੇ ਆ ਤੁਸੀਂ ਵੀ ਕਰ ਤੁਸੀਂ ਵੀ ਕਰ ਬੜਾ ਬੜਾ ਮਜ਼ਾ ਆਉਂਦਾ ਹੈਗਾ ਯੇ ਹਾਂ ਉਹੀ ਵਾਲਾ ਹਰਬਾਸ ਜੀ ਇੱਕ ਛੋਟੀ ਜਿਹੀ ਗੱਲ ਦੱਸੋ ਜੀ ਜੀ ਕਹੋਗੇ ਬੜੀ ਖੁਸ਼ੀ ਹੋਏਗੀ ਮੈਨੂੰ ਤੁਸੀਂ ਤੁਸੀਂ ਜਿੱਜੇ ਕਹੋਗੇ ਦੋਨੋਂ ਤੁਸੀਂ ਨਹੀਂ ਤੁਸੀਂ ਤੇ ਹਰਬੰਸ ਜੀ ਨਹੀਂ ਗੱਲ ਇਹ ਉਹ ਮੈਡਮ ਕਹੇਗੀ ਜੀ ਜਿਹਦੇ ਹੈਗੇ ਉਹ ਸਾਡੇ ਤੇ ਕੁਝ ਨਹੀਂ ਲਾਦੇ ਮਰ ਜਾਣਾ ਕਹਿ ਦੇ ਜੀ ਜੀ ਤੈਨੂੰ ਨਹੀਂ ਪਤਾ ਬੜੀ ਚੀਜ਼ ਹੈ ਕਹ ਦੇ ਮੈਂ ਕਿਉਂ ਕਹਾਂ ਹਾਂ ਚੀਜ਼ ਹੈ ਮਤਲਬ ਕਿ ਹਾਏ ਮੇਰੀ ਚੀਜ਼ ਹੈ ਜਾਣਾ ਕਿ ਮੇਰੇ ਵਾਸਤੇ ਵਧੀਆ ਦੀ ਚੀਜ਼ ਹੈ ਮਤਲਬ ਤੂੰ ਚੀਜ਼ ਬੜੀ ਹੈ ਮਸਤ ਮਸਤ ਟਾਈਪਸ ਨਹੀਂ ਉਹ ਨਹੀਂ ਮਤਲਬ ਮੈਨੂੰ ਚੀਜ਼ਾਂ ਵੀ ਮਸਤ ਮਸਤ ਚੀਜ਼ਾਂ ਲਿਆ ਕੇ ਦਿੰਦੇ ਨੇ ਮਾਫ ਕਰਨਾ ਮੈਂ ਤੁਹਾਡਾ ਨਾਮ ਨਹੀਂ ਪੁੱਛਿਆਗਾ ਨਾ ਤੀਰੋਂ ਸੇ ਨਾ ਤਲਵਾਰੋਂ ਸੇ ਮੁਜਲਮ ਡਰਤੇ ਹੈ ਤੋ ਇੰਸਪੈਕਟਰ ਬਲਬੀਰ ਸੇ ਹਾਂ ਔਰ ਮੈਂ ਤੁਹਾਨੂੰ ਤੀਰ ਕਵਾਂ ਜਾਂ ਤਲਵਾਰ ਕਵਾਂ ਉਹ ਕੁਛ ਨਹੀਂ ਕਹਿਣਾ ਉਹ ਤੋਂ ਅੱਗੇ ਆਓ ਅੱਗੇ ਤੀਰੋਂ ਸੇ ਡਰਤੇ ਹੈ ਡਰਤੇ ਹੈ ਡਰਤੇ ਹੈ ਬੜਾ ਚਨਾ ਮੈਂ ਕਹ ਡਰਤੇ ਹੈ ਨਹੀਂ ਉਸ ਤੋਂ ਵੀ ਅੱਗੇ ਆਓ ਨਾ ਤੀਰੋਂ ਸੇ ਨਾ ਤਲਵਾਰੋਂ ਮੁਜਲਮ ਡਰਤੇ ਹੈ ਹਾਂ ਮੁਜਲਮ ਮੈਡਮ ਤੁਸੀਂ ਬੜੇ ਪਿਆਰੇ ਹੈਗੇ ਮੁਜਲਮ ਜੀ ਬਹੁਤ ਸੋਹਣੇ ਹੈਗੇ ਤੁਸੀਂ ਦੇਖੋ ਉਸ ਤੋਂ ਵੀ ਅੱਗੇ ਤਲਵਾਰੋਂ ਸੇ ਮੁਜਲਮ ਡਰਤੇ ਹੈ ਤੋ ਇੰਸਪੈਕਟਰ ਬਲਬੀਰੋਂ ਸੇ ਹਾਂ ਉਹੀ ਨੇ ਕੋਣ ਅੱਗੇ ਗਏ ਇੰਸਪੈਕਟਰ ਹੈਗੇ ਆ ਸਟਾਰ ਵੀ ਗਾਉਟ ਤੁਹਾਡੇ ਕਿੱਥੇ ਹੈਗੇ ਉਹ ਮੇਰੇ ਸਟਾਰ ਚੋਰੀ ਹੋ ਗਏ ਨੇ ਇਹ ਵੇਖ ਲਓ ਜੀ ਆ ਵੀਰ ਜੀ ਤੁਸੀਂ ਜਿਹੜੀ ਰਿਪੋਰਟ ਲਗਾਈ ਸੀ ਕਿਸੇ ਨੇ ਬਿੱਲੀ ਦੀ ਰਿਪੋਰਟ ਲਗਾਈ ਸੀ ਨਾ ਇਹ ਆਪਣੇ ਸਟਾਰ ਨਹੀਂ ਬਚਾ ਸਕੇ ਤੁਹਾਡੀ ਬਿੱਲੀ ਕਿਤੇ ਲੱਭ ਕੇ ਦੇ ਦੇਣਗੇ ਅਸੀਂ ਆਪਣੇ ਘਰ ਦੀ ਮੁਜਰਮ ਪਾਲਿਆ ਹੋਇਆ ਇਸ ਕਰਕੇ ਸਾਨੂੰ ਪਤਾ ਹੈ ਕਿ ਸਾਡੇ ਸਟਾਰ ਕਿੱਥੇ ਗਏ ਹੋਣ ਉਹ ਮੁਜਰਮ ਤੁਹਾਡੇ ਸਟਾਰ ਨਹੀਂ ਲਿਆਊਗਾ ਚੋਰੀ ਕਰਕੇ ਲਿਆਊਗਾ ਜੀ ਕਿਤਰੋਂ ਜੀ ਮਤਲਬ ਕੋਈ ਹੋਰ ਲਿਆ ਨਾ ਤਲਵਾਰੋਂ ਸੇ ਨਾ ਬਲਬੀਰੋਂ ਸੇ ਮੈਡਮ ਡਰਤੇ ਹੈ ਸਿਰਫ ਦੋ ਤਿੰਨ ਬੰਦੋਂ ਕੀ ਪੀੜੋਂ ਸੇ ਹਾਂ ਮਤਲਬ ਕਦੀ ਕਦੀ ਡਰ ਜਾਂਦੇ ਹੈ ਨਹੀਂ ਤਾਂ ਉਦਾਂ ਤੇ ਮਤਲਬ ਪੂਰੀ ਗੱਲਬਾਤ ਹੈ ਮੈਡਮ ਜੀ ਤੇਰੀ ਮੈਂ ਪਰਾਂਦੀ ਖਿੱਚ ਕੇ ਤੇਰੇ ਦੋ ਚਪੇੜਾਂ ਲਾਣੀਆਂ ਮੈਂ ਆ ਮੈਡਮ ਜੀ ਖਿੱਚੋ ਨਾ ਹਾਂ ਹਾਂ ਉੱਪਰੋਂ ਗੰਜੀ ਆ ਗਈ ਹੈ ਹੈ ਸੌਰੀ ਲਵ ਯੂ ਟੂ ਜੀਜਾ ਜੀ ਉਹ ਮੈਂ ਨਾ ਲਿੱਤਾ ਹੀ ਆਗਾ ਤੇਰਾ ਨਾ ਲਿਆ ਕਰੋ ਇੱਕ ਤਾਂ ਤੁਹਾਡੇ ਨਾਂ ਦੇ ਚੱਕਰ ਦੇ ਵਿੱਚ ਲਵ ਯੂ ਟੂ ਲਵ ਯੂ ਲਵ ਯੂ ਟੂ ਪਤਾ ਨਹੀਂ ਕਿੰਨੀ ਵਾਰ ਤੁਸੀਂ ਕਹਿ ਚੁੱਕੇ ਇੱਕ ਦੂਸਰੇ ਨੂੰ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਨੂੰ ਕਹਿਣ ਜਾ ਰਹੀ ਹਾਂ ਕਿ ਬਸ ਠੀਕ ਹੈ ਤੁਹਾਡੀ ਰਿਪੋਰਟ ਲਿਖੀ ਗਈ ਹੈ ਤੁਹਾਡੇ ਲਈ ਅਸੀਂ ਕੁੜੀ ਲੱਭ ਦੇਵਾਂਗੇ ਕੁੜੀ ਜਾਂ ਬੁੜੀ ਜੋ ਵਾਟ ਐਵਰ ਅਸੀਂ ਜਿਹੜੀ ਮੈਂ ਲਗਾਈ ਹੈਗੀ ਨਾ ਜਿਹਦੇ ਇੱਧਰ ਕਿਉਂ ਆਏ ਆਏ ਇੱਥੇ ਤੇ ਲੈਗਾ ਮੈਡਮ ਜੀ ਤੁਸੀਂ ਬਹੁਤ ਕਹਿਣਾ ਮੰਨਣ ਦੇ ਜੀ ਚੁੱਪੇ ਚੁੱਪੇ ਮਤਲਬ ਤੇ ਨਾ ਗੱਲ ਹੋਈ ਹੈਗੀ ਹਾਂ ਜਿੱਦਾਂ ਇਸ ਕੁੜੀ ਦੀ ਨੱਕ ਇਦਾਂ ਤੇ ਨਹੀਂ ਮਤਲਬ ਜਿੱਦਾਂ ਜੇ ਆਪਾਂ ਪੁੱਠਲੇ ਪਾਸੇ ਦੇਖੀ ਤੇ ਫਿਰ ਇਦਾਂ ਲੱਗਦਾ ਜਿੱਦਾਂ ਉਹ ਸਵਿਮਿੰਗ ਪੂਲ ਚ ਉਹ ਨਹੀਂ ਹੁੰਦਾ ਜਿਹੜਾ ਜਾਣ ਵਾਲਾ ਥੱਲੇ ਉਹ ਕੀ ਕਹਿੰਦੇ ਹੁੰਦੇ ਉਹਨੂੰ ਸਲਾਈਡ ਹਾਂਜੀ ਉਹਦੇ ਕੀ ਲੱਗਦੀ ਆ ਇਹ ਦੇਖਿਓ ਜੀ ਜਰਾ ਲੱਗੀ ਤੁਹਾਡੀ ਬਹੁਤ ਸੋਹਣੀ ਹੈਗੀ ਹੈ ਬਹੁਤ ਸੋਹਣੀ ਹੈਗੀ ਹੈ ਤੇ ਲੱਭ ਦਿਓ ਜਿੱਦਾਂ ਤੁਸੀਂ ਸਵਿਮਿੰਗ ਪੂਲ ਦੇ ਵਿੱਚ ਜਦੋਂ ਉੱਤੋਂ ਡਾਈਵ ਮਾਰੋ ਤੇ ਪਾਣੀ ਦੇ ਵਿੱਚ ਪਚਾਕ ਕਰਕੇ ਨਹੀਂ ਹੁੰਦਾ ਉਦਾਂ ਦੀ ਸ਼ਕਲ ਹੈ ਇਹਦੀ ਉਹ ਤੇ ਫਿਰ ਵੀ ਅੱਛਾ ਹੁੰਦਾ ਮੈਡਮ ਮਿਊਜ਼ਿਕ ਤਾਂ ਹੁੰਦਾ ਨਾ ਮੈਂ ਦੇਖੋ ਮਿਊਜ਼ਿਕ ਉਹ ਤਾਂ ਵੀ ਫੈੜੀ ਹੈਗੀ ਹੈ ਮੈਂ ਲੋਕਾਂ ਨੂੰ ਦੱਸਦੀ ਹਾਂ ਕਿ ਮਿਊਜ਼ਿਕ ਕਿਤੇ ਵੀ ਕ੍ਰੀਏਟ ਹੋ ਸਕਦਾ ਜਿਹੜਾ ਬੋਲੀ ਆਪਾਂ ਕਿਸੇ ਵੀ ਬੀਟ ਦੇ ਉੱਤੇ ਪਾ ਸਕਦੀ ਹਾਂ ਹਾਂ ਫਿਰ ਮੈਂ ਘੱਟੋ ਘੱਟ ਪੰਜ ਜਣਾ ਉਹਨੂੰ ਛਾਲਾ ਮਰਾਉਂਦੀ ਆ ਉਹ ਪਚਕ ਪਚਕ ਦੀ ਆਵਾਜ਼ ਆਉਂਦੀ ਮੈਂ ਬੋਲੀ ਤਿਆਰ ਕਰ ਦਿੰਦੀ ਹਾਂ ਉਹਨਾਂ ਮਿਊਜ਼ਿਕ ਮੀ ਪੈਂਦਾ ਹੋਵੇ ਨਾ ਮੀ ਹਾਂਜੀ ਨਾ ਤੇ ਕਾਈ ਜੰਮ ਜਾਂਦੀ ਉਹ ਤੋਂ ਪੈਰ ਫਿਸਲ ਜੇ ਉਦਾਂ ਦੀ ਸ਼ਕਲ ਹੈ ਤੇਰੀ ਉਹਨੇ ਮੰਡਵਾ ਜੀ ਮੇਰੀ ਗੱਲ ਸੁਣੋ ਹੁਣ ਵਕਤ ਜਿਹੜਾ ਹੋ ਗਿਆ ਉਹ ਸਾਡੇ ਕੋਲ ਹੈ ਨਹੀਂ ਸੁੱਕੀ ਪਿੰਡੇਰ ਦਾ ਮੂੰਹ ਹੈ ਮੈਮ ਤੁਹਾਡਾ ਮੈਡਮ ਜੀ ਤੁਹਾਡੇ ਵਿੱਚ ਪਏ ਹੋਏ ਕੀੜੇ ਵਰਗੀ ਸ਼ਕਲ ਹੈ ਤੇਰੀ ਮੈਡਮ ਜੀ ਤੁਹਾਡੇ ਵਿੱਚ ਕਿਉਂ ਪਾਇਆ ਮੈਮ ਪਿੰਡੀ ਚ ਪਾ ਕੇ ਰੱਖੋ ਆਈ ਲਵ ਯੂ ਬੈਂਗਨ ਲਵ ਯੂ ਲਵ ਯੂ ਟੂ ਜੀਜਾ ਜੀ ਉਹ ਵਾਲਾ ਲਵ ਯੂ ਨਹੀਂ ਮੈਂ ਨਾਮ ਵਾਲਾ ਲਵ ਯੂ ਲਿਤਾ ਇੱਕ ਮਿੰਟ ਤੁਸੀਂ ਆਪਣੇ ਨਾਮ ਬੰਦ ਕਰੋ ਤੇ ਅਸੀਂ ਇਧਰੋਂ ਪ੍ਰੋਗਰਾਮ ਬੰਦ ਕਰੀਏ ਥੋੜੀ ਦੇਰ ਲਈ ਮਤਲਬ ਥੋੜੀ ਦੇਰ ਲਈ ਨਹੀਂ ਮਤਲਬ ਹਾਂ ਠੀਕ ਹੈ ਹੋ ਗਿਆ ਤੁਸੀਂ ਕਰਨਾ ਚਾਹੁੰਦੇ ਹੋ ਐਂਡ ਕਿ ਨਹੀਂ ਅਵੇ ਜੀ ਜੇ ਤੁਹਾਨੂੰ ਸਾਡੇ ਵਾਲੀ ਬੁੱਟੀ ਲੱਭੇ ਨਾ ਆ ਜਿਹੜੀ ਚੱਕਲ ਮੈਂ ਲਗਾਈ ਆ ਗਈ ਸੀ ਉਹ ਜੀ ਚਾਹੀਦੀ ਉਹ ਜੀ ਹੈਗੀ ਆ ਲੱਭ ਦਿਓ ਪਲੀਜ਼ ਜੀ ਮੈਡਮ ਜੀ ਤੁਸੀਂ ਇਜਾਜ਼ਤ ਲਓ ਜੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਵਕਤ ਹੋ ਗਿਆ ਸਾਰਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ ਅਸੀਂ ਫੇਰ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਸੇਮ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਜੀ ਜਨਾਬ ਜੀ ਜਨਾਬ ਜੀ ਜੀ ਜਨਾਬ